ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਲਾਸਟ ਨੰਬਰ 5 ਤੇ ਲੌਂਗ ਕੁਐਸਚਨ ਅਨਸਰ ਤੇ ਬੇਟਾ ਹਾੜਾ ਫੋਨ ਨੰਬਰ ਤੇ ਕੁਐਸਚਨ ਹੈ ਕਮੈਂਟ ਓਨ ਦਾ ਸਿਗਨੀਫਿਕੈਂਸ ਆਫ ਦਾ ਟਾਈਟਲ ਆਫ ਦਾ ਸਟੋਰੀ ਅ ਸਟ੍ਰੈਂਡ ਆਫ ਕਾਟਨ ਕਹਿੰਦੇ ਕਿ ਸਰ ਲੇਖ ਜਿਹੜਾ ਇਸ ਕਹਾਣੀ ਦਾ ਇਹਦੇ ਤੇ ਇਹਦੇ ਮਹੱਤਵ ਬਾਰੇ ਦੱਸਣਾ ਤੇ ਤੁਹਾਡਾ ਅਨਸਰ ਹੈ ਅ ਸਟ੍ਰੈਂਡ ਆਫ ਥ੍ਰੈਡ ਮੀਨਸ ਅ ਸੈਕਟਰ ਥ੍ਰੈਡ ਵਿਚ ਇਜ਼ ਯੂਸਲੀ ਵੌਰਨ ਬਾਈ ਦਾ ਬ੍ਰਾਹਮਣ ਕਹਿੰਦੇ ਕਿ ਧਾਗੇ ਦੀ ਲੜ ਦਾ ਅਰਥ ਹੈ ਇੱਕ ਪਵਿੱਤਰ ਧਾਗਾ ਜਿਹੜਾ ਕਿ ਅਕਸਰ ਬ੍ਰਾਹਮਣ ਲੋਕ ਪਾਉਂਦੇ ਨੇ ਇਟ ਇਜ਼ ਅ ਸਿੰਬਲ ਆਫ ਅ ਹਾਈ ਕਾਸਟ ਇਹ ਉੱਚੀ ਜਾਤੀ ਦਾ ਪ੍ਰਤੀਕ ਹੈ ਦਾ ਟਾਈਟਲ ਆਫ ਦ ਸਟੋਰੀ ਇਜ਼ ਸਿਗਨੀਫੀਕੈਂਟ ਤੇ ਇਹ ਜਿਹੜਾ ਕਹਾਣੀ ਦਾ ਸਿਰਲੇਖ ਹੈ ਉਹਦਾ ਕਾਫੀ ਮਹੱਤਵ ਹੈ ਠੀਕ ਹੈ ਦਾ ਮੇਨ ਕਰੈਕਟਰ ਆਫ ਦ ਸਟੋਰੀ ਇਜ਼ ਪ੍ਰਭਾਤ ਕਹਾਣੀ ਦਾ ਮੁੱਖ ਪਾਤਰ ਪ੍ਰਭਾਤ ਹੈ ਹੀ ਇਜ਼ ਅ ਬ੍ਰਾਹਮਣ ਉਹ ਇੱਕ ਬ੍ਰਾਹਮਣ ਹੈ ਹੀ ਵੇਅਰ ਦਾ ਸਟ੍ਰੈਂਡ ਆਫ ਕਾਟਨ ਰਾਉਂਡ ਹਿਸ ਬਾਡੀ ਤੇ ਉਹ ਜਿਹੜਾ ਆਪਣਾ ਜਨਾਉ ਆਪਣੀ ਬਾਡੀ ਦੇ ਇਦ ਗਿੱਦ ਉਹਨੇ ਪਾਇਆ ਹੁੰਦਾ ਹੈ ਠੀਕ ਹੈ ਮਤਲਬ ਇੱਕ ਧਾਗਾ ਹੁੰਦਾ ਹੈ ਜਨਾਉ ਜਿਹੜਾ ਕਿ ਉਹਨੇ ਪਹਿਨਿਆ ਹੁੰਦਾ ਹੈ ਬਟ ਹੀ ਫੀਲ ਡਿਸਪਾਇੰਟਡ ਵਿਦ ਦਾ ਵੇ ਆਫ ਦਾ ਹਾਈ ਕਾਸਟ ਪੀਪਲ ਪਰ ਉਹ ਉਸ ਨੂੰ ਉੱਚੀ ਜਾਤੀ ਦੇ ਲੋਕਾਂ ਤੋਂ ਬਹੁਤ ਨਿਰਾਸ਼ਾ ਹੈ ਹੀ ਟ੍ਰਾਈ ਟੂ ਆਇਡੈਂਟੀਫਾਈ ਹਿਮਸੈਲਫ ਵਿਦ ਦਾ ਲੋ ਕਾਸਟ ਪੀਪਲ ਬਾਈ ਥਰੋਇੰਗ ਅਵੇ ਹਿਸ ਸਟ੍ਰੈਂਡ ਆਫ ਕਾਟਨ ਉਹ ਸੂਤ ਦਾ ਧਾਗਾ ਜਿਹੜਾ ਜਨਉ ਪਾਇਆ ਉਹਨੂੰ ਸੁੱਟ ਕੇ ਤਿੰਨੀ ਵੀ ਜਾਤੀ ਦੇ ਨਾਲ ਆਪਣਾ ਜਿਹੜਾ ਪਛਾਣ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਬਾਦਿਕ ਜੇ ਟੀਚਰ ਪਰ ਬਾਦਿਕ ਟੀਚਰ ਹੈ ਹੀ ਗਿਵਸ ਪ੍ਰਾਈਵੇਟ ਟਿਊਸ਼ਨ ਟੂ ਏ ਟੂ ਏ ਲੋ ਕਾਸਟ ਬாய் ਸੀ타ਰਾਮ ਉਹ ਇੱਕ ਨੀਵੀਂ ਜਾਤੀ ਦੇ ਲੜਕੇ ਸੀ타ਰਾਮ ਨੂੰ ਪ੍ਰਾਈਵੇਟ ਟਿਊਸ਼ਨ ਦਿੰਦਾ ਹੈ ਦਾ ਹਾਈ ਕਾਸਟ ਪੀਪਲ ਡੂ ਨੋਟ ਲਾਈਕ ਥਿਸ ਤੇ ਉੱਚੀ ਜਾਤੀ ਦੇ ਲੋਕ ਇਹ ਬਿਲਕੁਲ ਵੀ ਪਸੰਦ ਨਹੀਂ ਕਰਦੇ they are of the view that parbath teaching of a low caste people is immoral immoral ਦਾ ਮਤਲਬ ਹੁੰਦਾ ਅਨੈਤਿਕ ਉਹਨਾਂ ਦਾ ਵਿਚਾਰ ਸੀ ਕਿ ਜਿਹੜਾ ਪ੍ਰਭਾਤ ਹੈ ਲੋ ਕਾਸਟ ਨੀਵੀਂ ਜਾਤ ਦੇ ਲੋਕਾਂ ਨੂੰ ਟਿਊਸ਼ਨ ਪੜ੍ਹਾ ਕੇ ਇੱਕ ਬਹੁਤ ਹੀ ਅਨੈਤਿਕਤਾ ਦਾ ਕੰਮ ਕਰ ਰਿਹਾ ਹੈ they felt parbath sorry they tell parbath not to teach the low caste boy ਉਹ ਪ੍ਰਭਾਤ ਨੂੰ ਕਹਿੰਦੇ ਨੇ ਕਿ ਤੂੰ ਇਹਨੂੰ ਪੜ੍ਹਾਉਣਾ ਛੱਡ ਦੇ ਠੀਕ ਹੈ ਨਾ ਪੜਾਵੇ ਪਰ ਬਾਦ ਡਸ ਨੋਟ ਕੇਅਰ ਫੋਰ देयर ਵਾਰਨਿੰਗ ਪਰ ਪਰ ਬਾਦ ਕੀ ਕਰਦਾ ਉਹਨਾਂ ਦੀ ਵਾਰਨਿੰਗ ਦੀ ਉਹਨਾਂ ਦੀ ਧਮਕੀ ਦੀ ਪਰਵਾਹ ਨਹੀਂ ਕਰਦਾ ਸੋ ਦਾ ਅਪਰ ਕਾਸਟ ਪੀਪਲ ਮਰਡਰ ਦਾ ਲੋ ਕਾਸਟ ਬਾਇ ਇਸ ਕਰਕੇ ਉੱਚੀ ਜਾਤੀ ਦੇ ਲੋਕ ਨੀਵੀਂ ਜਾਤੀ ਦਾ ਜਿਹੜਾ ਹੈਗਾ ਗਰੀਬ ਬੱਚਾ ਉਹਨੂੰ ਮਾਰ ਦਿੰਦੇ ਨੇ ਲੜਕੇ ਨੂੰ ਦਾ ਵਿਲੇਜ ਕਾਉਂਸਲ ਇਜ਼ ਆਲਸੋ ਡੋਮੀਨੇਟਿਡ ਬਾਇ ਦਾ ਅਪਰ ਕਾਸਟ ਪੀਪਲ ਤੇ ਜਿਹੜੇ ਵਿਲੇਜ ਪੰਚਾਇਤ ਹੀ ਕਾਉਂਸਲ ਹੀ ਉਹਦੇ ਵਿੱਚ ਵੀ ਉੱਚੀ ਜਾਤੀ ਦੇ ਲੋਕ ਹੀ ਮੈਂਬਰ ਬਣੇ ਹੋਏ ਸਨ ਇਨ ਦਾ ਮੀਟਿੰਗ ਆਫ ਦਾ ਕਾਉਂਸਲ ਦੇ ਡੂ ਨੋਟ ਡੂ ਜਸਟਿਸ ਤੇ ਇਸ ਕਰਕੇ ਜਿਹੜਾ ਉਹਨਾਂ ਦੇ ਕਾਉਂਸਲ ਦੀ ਮੀਟਿੰਗ ਹੁੰਦੀ ਹੈ ਤੇ ਉਹਦੇ ਵਿੱਚ ਉਹਨੂੰ ਇਨਸਾਫ ਨਹੀਂ ਮਿਲਦਾ ਪਰ ਬਾਤ ਫੀਲ ਬਿਟਰ ਅਗੇਂਸਟ ਹਿਸ ਓਨ ਕਾਸਟ ਤੇ ਪਰ ਬਾਤ ਦੇ ਮਨ ਵਿੱਚ ਆਪਣੀ ਜਾਂ ਉੱਚੀ ਜਾਤ ਦਾ ਬਹੁਤ ਹੀ ਕਰਵਾਹਟ ਹੈ ਉਹਨਾਂ ਲੋਕਾਂ ਪ੍ਰਤੀ ਕਰਵਾਹਟ ਹੈ ਠੀਕ ਹੈ ਬਹੁਤ ਜ਼ਿਆਦਾ ਉਹ ਨਫ਼ਰਤ ਕਰਦਾ ਕਰਵਾਹਟ ਹੈ ਹਰ ਵੋਲਟ ਵਿਦ ਦਾ ਲੋ ਕਾਸਟ ਪੀਪਲ ਐਂਡ ਥਰੋ ਅਵੇ ਹਿਸ ਸੈਕੰਡਰੀ थ्रेड ਦਾ ਸਟ੍ਰੈਂਡ ਆਫ ਕਾਟਨ ਕਹਿੰਦੇ ਕਿ ਉਹ ਨੀਵੀਂ ਜਾਤੀ ਦੇ ਲੋਕਾਂ ਦੇ ਨਾਲ ਵਿਦਰੋਹ ਕਰਦਾ ਹੈ ਤੇ ਆਪਣੇ ਪਵਿੱਤਰ ਜਨਉ ਜਿਹੜਾ ਉਹਨੂੰ ਸੁੱਟ ਦਿੰਦਾ ਹੈ ਹੀ ਰਿਮੂਵ ਇਟ ਫਰੋਮ ਹਿਸ ਬੋਡੀ ਇਨ ਦਾ ਪ੍ਰੈਜ਼ੈਂਸ ਆਫ ਦਾ ਵਿਲੇਜ ਪੰਚਾਇਤ ਠੀਕ ਹੈ ਕਹਿੰਦੇ ਕਿ ਉਹ ਆਪਣੇ ਜਿਹੜੇ ਜਨਉ ਹੈ ਵਿਲੇਜ ਪੰਚਾਇਤ ਦੇ ਜਿਹੜੇ ਮੈਂਬਰ ਹੁੰਦੇ ਉਹਨਾਂ ਦੇ ਸਾਹਮਣੇ ਹੀ ਆਪਣੇ ਬੋਡੀ ਤੋਂ ਅਲੱਗ ਕਰ ਦਿੰਦਾ ਸੁੱਟ ਦਿੰਦਾ ਦਸ ਦ ਸਟੋਰੀ ਸ਼ੋ ਦੈਟ ਦਾ ਥ੍ਰੈਡ ਆਫ कॉटन ਐਜ਼ ਦਾ ਸਿੰਬਲ ਆਫ ਦਾ ਅਪਰ ਕਾਸਟ ਸਟੈਂਡ ਡਿਸਆਨਰਡ ਜਦੋਂ ਉਹ ਸੁੱਟ ਦਿੰਦਾ ਕਹਿੰਦੇ ਇਸ ਤਰ੍ਹਾਂ ਕਹਾਣੀ ਇਹ ਦਸਾਉਂਦੀ ਹੈ ਕਿ ਜਿਹੜਾ ਜਿਹੜਾ ਜਨੌ ਹੈ ਜਿਹਨੂੰ ਕਿ ਪਵਿੱਤਰ ਉੱਚੀ ਜਾਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਉਹਦਾ ਉਹ ਉਪਮਾਨ ਕਰਦਾ ਕਿਸ ਤਰ੍ਹਾਂ ਕਰਦਾ ਉਹਨੂੰ ਸੁੱਟ ਕੇ ਠੀਕ ਹੈ ਉਪਮਾਨ ਕਰਦਾ ਹੈ ਔਰ ਦਾ ਟਾਈਟਲ ਇਜ਼ ਕੁਆਇਟ ਸੂਟੇਬਲ ਤੇ ਜਿਹੜਾ ਕਹਾਣੀ ਦੱਸ ਰਿਹਾ ਹੈ ਬਹੁਤ ਹੀ ਟੁਕਵਾ ਹੈ ਹਰ ਨੈਕਸਟ ਇੰਪੋਰਟੈਂਟ ਕੁਐਸਚਨ ਆ ਜਾਂਦਾ ਹੈ ਕਹਿੰਦੇ ਕਮੈਂਟ ਔਨ ਦਾ ਐਂਡਿੰਗ ਆਫ ਦਾ ਸਟੋਰੀ ਐਸ ਟਰੈਂਡ ਆਫ ਕਾਟਨ ਕਹਿੰਦੇ ਕਿ ਕਹਾਣੀ ਦਾ ਜਿਹੜਾ ਅੰਤ ਕਿਸ ਤਰ੍ਹਾਂ ਹੋਇਆ ਵਾ ਇਹਦਾ ਇਹਦੇ ਬਾਰੇ ਅਸੀਂ ਆਪਣਾ ਕਮੈਂਟ ਦੇਣਾ ਕਿ ਅੱਛਾ ਹੈ ਕਿ ਬੁਰਾ ਹੈ ਹਾਡਾ ਆਨਸਰ ਕੀ ਹੈ ਇਹਦੇ ਵਿੱਚ ਦ ਐਂਡਿੰਗ ਆਫ ਦ ਸਟੋਰੀ ਇਜ਼ ਵੈਰੀ ਸਿਗਨੀਫੀਕੈਂਟ ਕਹਿੰਦੇ ਕਿ ਕਹਾਣੀ ਦਾ ਅੰਤ ਬਹੁਤ ਮਹੱਤਵਪੂਰਨ ਹੈ ਇਹ ਲੋ ਕਾਸਟ ਨੇ ਇਹ ਲੋ ਕਾਸਟ ਬாய் ਨੇਮ ਸਿ타ਰਾਮ ਵਾਸ ਹੈਜ਼ ਬੀਨ ਕਿਲਡ ਬਾਈ ਦ ਅਪਰ ਕਲਾਸ ਪੀਪਲ ਇੱਕ ਨੀਵੀਂ ਜਾਤੀ ਦੇ ਲੜਕੇ ਸਿ타ਰਾਮ ਨੂੰ ਉੱਚੀ ਜਾਤੀ ਦੇ ਲੋਕਾਂ ਦੁਆਰਾ ਮਾਰਿਆ ਜਾਂਦਾ ਹੈ ਹੀ ਇਜ਼ ਨੋਟ ਐਟ ਫਾਲਟ ਇਨ ਐਨੀ ਵੇ ਉਸ ਦਾ ਕਿਸੇ ਵੀ ਤਰੀਕੇ ਨਾਲ ਕੋਈ ਵੀ ਦੋਸ਼ ਨਹੀਂ ਸੀ ਹਿਸ ਫਾਲਟ ਵਾਸ ਥੈਟ ਹੀ ਹੀ ਯੂਜ਼ ਟੂ ਗੋ ਟੂ ਐਨ ਅਪਰ ਕਲਾਸ ਟੀਚਰ ਫॉर ਪ੍ਰਾਈਵੇਟ ਟਿਊਸ਼ਨ ਕਹਿੰਦਾ ਕਿ ਉਹਦਾ ਸਿਰਫ ਇਹ ਕਸੂਰ ਸੀ ਕਿ ਉਹ ਇੱਕ ਉੱਚੀ ਜਾਤੀ ਦੇ ਟੀਚਰ ਦੇ ਕੋਲ ਪ੍ਰਾਈਵੇਟ ਟਿਊਸ਼ਨ ਲੈਣ ਜਾਂਦਾ ਸੀ ਦਾ ਵਿਲੇਜ ਪੰਚਾਇਤ ਹੋਲ ਮੀਟਿੰਗ ਟੂ ਫਾਈਂਡ ਦਾ ਹਾਂਜੀ ਟੂ ਫਾਈਂਡ ਦਾ ਕਲਪ੍ਰੇਟ ਰਿਸਪੌਂਸੀਬਲ ਫੋਰ ਕਿਲਿੰਗ ਸਿਤਾਰਾ ਤੇ ਫਿਰ ਜਿਹੜੇ ਲੋਕ ਹੀ ਪੰਚਾਇਤ ਹੀ ਉਹਨਾਂ ਨੇ ਇੱਕ ਮੀਟਿੰਗ ਕੀਤੀ ਕਿ ਜਿਹਦੇ ਕਰਕੇ ਜਿਹੜੇ ਸਿਤਾਰਾਮ ਦੇ ਕਾਤਿਲ ਹੈ ਉਹਨਾਂ ਨੂੰ ਫੜਿਆ ਜਾਏ ਪਰ ਕੀ ਹੋਇਆ ਦੇ ਡਿਕਲੇਅਰਡ ਥੈਟ ਥੇਅਰ ਇਜ਼ ਨੋ ਕਲਿਚਿੰਗ ਥੇਅਰ ਇਜ਼ ਨੋ ਕਲਿਚਿੰਗ ਏਵਿਡੈਂਸ ਆਫ ਦਾ ਮਰਡਰ ਕਹਿੰਦੇ ਕਿ ਜਿਹੜਾ ਕਲਿਚਿੰਗ ਹੁੰਦਾ ਇਹ ਮਤਲਬ ਪੁਖਤਾ ਠੀਕ ਹੈ ਜਾਂ ਕਨਫਰਮ ਕਹਿ ਲੋ ਠੀਕ ਹੈ ਕਿ ਉਹਨਾਂ ਨੂੰ ਉਹਦੇ ਮਰਡਰ ਦਾ ਕੋਈ ਪੁਖਤਾ ਸਬੂਤ ਨਹੀਂ ਮਿਲਿਆ देयर वर देयर वर ਸੋ ਮੈਨੀ men who had attacked ਸਿਤਾ ਰਾਮ ਕਹਿੰਦੇ ਇੱਥੇ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਨੇ ਸਿਤਾ ਰਾਮ ਤੇ ਅਟੈਕ ਕੀਤਾ ਉਹ ਤੇ ਹਮਲਾ ਕੀਤਾ ਇਟ ਇਜ਼ ਡਿਫਿਕਲਟ ਟੂ to say who had killed sitaram kende ke is tarah eh kehna bahut mushkil hai ki sitaram nu kisne maraya theek hai par baat understand that the upper class people do not want to punish the murder who belong to the upper class upper caste ਕੰਦੇ ਪ੍ਰਭਾਤ ਨੂੰ ਇਹ ਪੂਰੀ ਚੰਗੀ ਤਰ੍ਹਾਂ ਸਮਝ ਹੀ ਕਿ ਉਹ ਉੱਚ ਜਾਤੀ ਦੇ ਲੋਕ ਜਿਹੜੇ ਨੇ ਕਾਤਲ ਨੂੰ ਸਜ਼ਾ ਨਹੀਂ ਦੇਣਾ ਚਾਹੁੰਦੇ ਕਿਉਂਕਿ ਜਿਹੜਾ ਕਾਤਲ ਹੀ ਉਹ ਵੀ ਉੱਚੀ ਜਾਤੀ ਨਾਲ ਸੰਬੰਧ ਰੱਖਦਾ ਹੀ ਠੀਕ ਹੈ ਹੀ ਫੀਲ ਅਸ਼ੇਮਡ ਟੂ ਬਿਲੋਂਗ ਟੂ ਥਿਸ ਕਾਸਟ ਤੇ ਪ੍ਰਭਾਤ ਨੂੰ ਬਹੁਤ ਜ਼ਿਆਦਾ ਸ਼ਰਮ ਮਹਿਸੂਸ ਹੁੰਦੀ ਹੈ ਕਿ ਉਹ ਇਸ ਉੱਚੀ ਜਾਤ ਨਾਲ ਸੰਬੰਧ ਰੱਖਦਾ ਹੈ ਹੀ ਫੀਲ ਰਿਵੋਲਟ ਐਟ ਦਾ ਆਈਡੀਆ ਆਫ ਬੀਇੰਗ ਅ ਹਾਈ ਕਾਸਟ ਮੈਨ ਠੀਕ ਹੈ ਉਸ ਉਹ ਉੱਚ ਜਾਤੀ ਦਾ ਆਦਮੀ ਹੋਣ ਦੇ ਵਿਚਾਰ ਤੋਂ ਵੀ ਵਿਦਰੋਹ ਕਰਦਾ ਹੈ ਠੀਕ ਹੈ ਅੱਗੇ ਗਿਆ ਕਹਿੰਦੇ ਹੀ ਫੀਲ ਹੈਟ੍ਰਡ ਫੋਰ ਦਾ ਸੈਕਟਰ थ्रेड ਉਹ ਆਪਣੇ ਪਵਿੱਤਰ ਧਾਗੇ ਤੋਂ ਨਫ਼ਰਤ ਕਰਦਾ ਹੈ ਹੀ ਥਰੋ ਇਟ ਅਵੇ ਟੂ ਵਰਡ ਅ ਲੋ ਕਾਸਟ ਔਮੈਨ ਤੇ ਉਹ ਇਸ ਧਾਗੇ ਨੂੰ ਇੱਕ ਨੀਵੀਂ ਜਾਤੀ ਦੀ ਔਰਤ ਵੱਲ ਸੁੱਟ ਦਿੰਦਾ ਹੈ ਪਰ ਬਾਅਦ ਜੁਆਇਨ ਦਾ ਅਨਟਚੇਬਲ ਪਰ ਬਾਅਦ ਅਸੂਤਾ ਨਾਲ ਦੇ ਵਿੱਚ ਅਸੈਂਬਲ ਹੋ ਜਾਂਦਾ ਹੈ ਹਿਜ ਐਕਸ਼ਨ ਇਨਸਪਾਇਰ ਦਾ ਲੋ ਕਾਸ ਪੀਪਲ ਤੇ ਉਸ ਦਾ ਕੰਮ ਜਿਹੜਾ ਹੈ ਨੀਵੀਂ ਜਾਤੀ ਦੇ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ ਦੇ ਬਿਗਨ ਦੇ ਬਿਗਨ ਟੂ ਗੈਟ ਰੈਡੀ ਟੂ ਚੈਲੰਜ ਦਾ ਸੁਪਰਮੈਸੀ ਆਫ ਦਾ ਅਪਰ ਕਲਾਸ ਪੀਪਲ ਕਹਿੰਦੇ ਉਹ ਉੱਚੇ ਜਾਤੀ ਦੇ ਲੋਕਾਂ ਦੀ ਜਿਹੜੀ ਸਵਰ ਚੁਤਾ ਨੂੰ ਜਿਹੜੇ ਉਹ ਬਹੁਤ ਉੱਚੇ ਬਣੇ ਫਿਰਦੇ ਨੇ ਉਹਨਾਂ ਨੂੰ ਵਿਗਾੜਨ ਲਈ ਤਿਆਰ ਹੋ ਜਾਂਦਾ ਹੈ ਠੀਕ ਹੈ ਬੇਟਾ ਹੁਣ ਹਡਾ ਜਿਹੜਾ ਨੈਕਸਟ ਕੁਐਸਚਨ ਹੈ ਬਹੁਤ ਹੀ ਇੰਪੋਰਟੈਂਟ ਹੈ ਬ੍ਰਿੰਗ ਆਊਟ ਦਾ ਸਿਗਨੀਫੀਕੈਂਸ ਆਫ ਦਾ ਨੇਮ ਪ੍ਰਭਾਤ ਕਹਿੰਦੇ ਕਿ ਜਿਹੜਾ ਪ੍ਰਭਾਤ ਨਾਮ ਹੈ ਇਹਦਾ ਮਹੱਤਵ ਦੱਸੋ ਇਹਦਾ ਮਤਲਬ ਕੀ ਹੈ ਹਡ ਅਨਸਰ ਕੀ ਹੈ ਦਾ ਵਰਡ ਪ੍ਰਭਾਤ ਮੀਨ ਮਾਰਨਿੰਗ অর ਡਾਊਨ ਇਨ ਹਿੰਦੀ ਕਹਿੰਦੇ ਕਿ ਪ੍ਰਭਾਤ ਸ਼ਬਦ ਜਿਹੜਾ ਹਿੰਦੀ ਹਿੰਦੀ ਵਿੱਚ ਇਹਦਾ ਅਰਥ ਹੈ ਸਵੇਰਾ ਹੀ ਇਜ਼ ਦਾ ਮੇਨ ਕੈਰੈਕਟਰ ਇਨ ਦਾ ਸਟੋਰੀ ਕੌਣ ਮੇਨ ਕੈਰੈਕਟਰ ਹੈ ਪ੍ਰਭਾਤ ਜਿਹਦਾ ਅਰਥ ਹੈ ਸਵੇਰਾ ਠੀਕ ਹੈ ਪ੍ਰਭਾਤ ਇਸ ਕਹਾਣੀ ਦਾ ਮੇਨ ਕੈਰੈਕਟਰ ਹੈ ਹੀ ਇਜ਼ ਅ ਟੀਚਰ ਬਾਇ ਪ੍ਰੋਫੈਸ਼ਨ ਉਤਨ ਦੇ ਵੱਜੂ ਟੀਚਰ ਹੈ ਹੀ ਇਜ਼ ਫਰੀ ਫਰੋਮ ਦਾ ਪ੍ਰੀਡਿਊਸ ਪ੍ਰੀਯੂਡੀਅਸ ਆਫ ਦਾ ਅਪਰ ਕਾਸਟ ਪੀਪਲ ਕਹਿੰਦੇ ਕਿ ਉਹ ਉੱਚੀ ਜਾਤੀ ਦੇ ਲੋਕਾਂ ਦੇ ਪੱਖਪਾਤ ਤੋਂ ਆਜ਼ਾਦ ਹੈ ਕਹਿੰਦਾ ਮਤਲਬ ਜਿਸਾਂ ਉੱਚੀ ਜਾਤੀ ਦੇ ਲੋਕ ਨੀਵੀਂ ਜਾਤੀ ਦੇ ਲੋਕਾਂ ਦੇ ਪੱਖਪਾਤ ਕਰਦੇ ਨੇ ਠੀਕ ਹੈ ਉਹ ਇਸ ਚੀਜ਼ ਤੋਂ ਬਿਲਕੁਲ ਫ੍ਰੀ ਹੈ ਹੀ ਬ੍ਰਿੰਗ ਦਾ ਲਾਈਟ ਆਫ ਦਾ ਆਫ ਦਾ ਡਾਣ ਟੂ ਦਾ ਟੂ ਅ ਪੂਰ ਬੋਏ ਸੀਤਾਰਾਮ ਕਹਿੰਦੇ ਕਿ ਉਹ ਗਰੀਬ ਲੜਕੇ ਲੜਕਾ ਜਿਹੜਾ ਸੀਤਾਰਾਮ ਹੈ ਉਹਦੇ ਵਿੱਚ ਇੱਕ ਰੋਸ਼ਨੀ ਦੀ ਕਿਰਨ ਲੈ ਕੇ ਆਂਦਾ ਕਿਸ ਤਰ੍ਹਾਂ ਲੈ ਕੇ ਆਂਦਾ ਹੀ ਗਿਵਸ ਹਿਮ ਪ੍ਰਾਈਵੇਟ ਟਿਊਸ਼ਨ ਉਹ ਇੱਕ ਪ੍ਰਾਈਵੇਟ ਟਿਊਸ਼ਨ ਦੇ ਕੇ ਉਹਦੇ ਜੀਵਨ ਵਿੱਚ ਇੱਕ ਰੋਸ਼ਨੀ ਦਾ ਕੰਮ ਕਰਦਾ ਹੈ ਠੀਕ ਹੈ ਦਾ ਹਾਈ ਕਾਸਟ ਪੀਪਲ ਡੂ ਨੋਟ ਲਾਈਕ ਦਿਸ ਤੇ ਉੱਚੀ ਜਾਤੀ ਦੇ ਲੋਕਾਂ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਸਨ ਇਹ ਚੀਜ਼ ਕਿ ਟਿਊਸ਼ਨ ਦੇ ਰਿਹਾ ਦੇ ਥਿੰਕ ਥੈਟ ਦਾ ਬ੍ਰਾਹਮਣ ਇਜ਼ ਲਿਵਿੰਗ ਓਨ ਦਾ ਅਰਨਿੰਗ ਆਫ ਅ ਲੋਅ ਕਾਸਟ ਬாய் ਉਹਨਾਂ ਦਾ ਵਿਚਾਰ ਸੀ ਕਿ ਇੱਕ ਬ੍ਰਾਹਮਣ ਹੋ ਕੇ ਇੱਕ ਨੀਵੀਂ ਜਾਤੀ ਦੇ ਲੜਕੇ ਕੋ ਪੈਸੇ ਲੈ ਕੇ ਆਪਣਾ ਜੀਵਨ ਬੀਤ ਕਰੇਗਾ ਜਾਂ ਉਹ ਅਰਨਿੰਗ ਲਏਗਾ ਉਹਨਾਂ ਕੋ ਪੈਸੇ ਲੈ ਕੇ ਆਪਣਾ ਗੁਜ਼ਾਰਾ ਕਰੇਗਾ ਠੀਕ ਹੈ ਪਰ ਬਾਤ ਨਾ 댓 ਦਾ ਵਿਲੇਜ ਮਨੀ ਲੈਂਡਰ ਫਲੋਰਿਸ ਔਨ ਦਾ ਮਨੀ ਆਫ ਦਾ ਲੋ ਕਾਸਟ ਪਰ ਬਾਤ ਜਾਣਦਾ ਸੀ ਕਿ ਪਿੰਡ ਦੇ ਜਿਹੜੇ ਸ਼ਾਹੂਕਾਰ ਨੇ ਉਹ ਨੀਵੀਂ ਜਾਤੀ ਦੀ ਕਮਾਈ ਤੇ ਤਰੱਕੀ ਕਰ ਰਹੇ ਨੇ ਠੀਕ ਹੈ ਦਾ ਹਾਈ ਕਾਸਟ ਪੀਪਲ ਕਨਸਪਾਇਰ ਟੂ ਮਰਡਰ ਸੀਤਾਰਾਮ ਤੇ ਹਾਈ ਕਾਸਟ ਦੇ ਲੋਕਾਂ ਨੇ ਸੀਤਾਰਾਮ ਦੇ ਸਾਜ਼ਿਸ਼ ਮਰਡਰ ਦੀਆਂ ਕਤਲ ਦੀਆਂ ਸਾਜ਼ਿਸ਼ਾਂ ਕੀਤੀਆਂ ਪਰ ਬਾਤ ਫੀਲ ਆਊਟ ਰੇਂਜਡ ਪਰ ਬਾਤ ਨੂੰ ਬਹੁਤ ਗੁੱਸਾ ਆਇਆ ਬਹੁਤ ਜ਼ਿਆਦਾ ਜਿਹਨੂੰ ਪਤਾ ਲੱਗਦਾ ਗੁੱਸਾ ਆ ਜਾਂਦਾ ਠੀਕ ਹੈ ਦਾ ਹਾਈ ਕਾਸਟ ਪੀਪਲ ਸੌਰੀ ਪਰ ਬਾਤ ਹੀ ਰੈਲਾਈਜ਼ ਦੈਟ ਦਾ थ्रेड ਆਫ कॉटन अराउंड एन ਅਪਰ ਕਾਸਟ ਮੈਨ ਇਜ਼ ਅ थ्रेड ਆਫ ਹਾਈਪੋਕ੍ਰੇਸੀ ਉਹ ਸੋਚਦਾ ਹੈ ਉਹ ਮਹਿਸੂਸ ਕਰਦਾ ਹੈ ਕਿ ਜਿਹੜਾ ਇਹਨਾਂ ਉੱਚੀ ਜਾਤੀ ਦੇ ਲੋਕਾਂ ਨੇ ਜੇ ਨਾ ਪਾਇਆ ਹੁੰਦਾ ਆਪਣੇ ਸਰੀਰ ਤੇ ਇਹ ਇੱਕ ਸਿਰਫ ਢੋਂਗ ਹੈਗਾ ਪਖੰਡ ਹੈਗਾ ਉਹਨਾਂ ਦਾ ਠੀਕ ਹੈ ਹੀ ਰਿਮੂਵ ਹਿਸ ਦਿਸ ਥ्रेड ਫਰੋਮ ਹਿਸ ਬੋਡੀ ਐਂਡ ਥਰੋ ਇਟ ਐਟ ਐਨ ਅਨਟੱਚੇਬਲ ਊਮੈਨ ਠੀਕ ਹੈ ਅਨਟੱਚੇਬਲ ਊਮੈਨ ਕਹਿੰਦੇ ਉਹ ਇਸ ਨੂੰ ਜਿਹੜਾ ਹੈ ਆਪਣੇ ਸਰੀਰ ਤੋਂ ਧਾਗ ਨੂੰ ਹਟਾ ਦਿੰਦਾ ਤੇ ਇੱਕ ਅਸ਼ੂਤ ਔਰਤ ਤੇ ਸੁੱਟਦਾ ਹੈ ਠੀਕ ਹੈ ਹੀ ਆਸਕ ਹਰ ਟੂ ਵੇਵ ਦਾ ਥਰੈਡ ਇਨਟੂ ਅ ਕਲੋਥ ਫਾਰ ਹਿਮਸੈਲਫ ਹਿਮਸੈਲਫ ਸੋਰੀ ਹਰਸੈਲਫ ਕਹਿੰਦੇ ਕਿ ਉਹ ਨੂੰ ਕਹਿੰਦਾ ਹੈ ਕਿ ਇਸ ਧਾਗਨ ਆਪਣੇ ਕੱਪੜੇ ਸੀ ਲਵੇ ਠੀਕ ਹੈ he is determined to lead them to get rid of the domination of the upper caste people o uch jati de lokan to sudhkara davan layi unhan di agwai karan da pakka irada kar lenda hai does his name signify a new dawn in the lives of low caste people ਇਸ ਤਰ੍ਹਾਂ ਉਸ ਦਾ ਨਾ ਨੀਚ ਜਾਤੀ ਦੇ ਲੋਕਾਂ ਦੇ ਜੀਵਨ ਵਿੱਚ ਇੱਕ ਨਵੀਂ ਸਵੇਰ ਦਾ ਮਹੱਤਵ ਰੱਖਦਾ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਸਾਡਾ ਜਿਹੜਾ ਲੈਸਨ ਹੈ ਕੰਪਲੀਟ ਹੋ ਗਿਆ ਤੇ ਬੇਟਾ ਇਹਦੇ ਸਿਰਫ 6 ਹੀ ਇੰਪੋਰਟੈਂਟ ਕੁਐਸਚਨਸ ਸੀ ਠੀਕ ਹੈ ਉਹ ਹੀ ਕਰ ਲਿਆ ਨੈਕਸਟ ਵੀਡੀਓ ਚ ਅਸੀਂ ਅਗਲਾ ਲੈਸਨ ਸਟਾਰਟ ਕਰਾਂਗੇ ਇਹਨਾਂ ਨੂੰ ਅੱਛੀ ਤਰ੍ਹਾਂ ਪੜ੍ਹ ਲੈਣਾ ਮਿਲਦੇ ਆ ਨੈਕਸਟ ਵੀਡੀਓ ਚ ਟੇਕ ਕੇਅਰ